ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਚੰਡੀਗੜ੍ਹ ਦੇ ਵਿੱਚ ਪ੍ਰਾਇਮਰੀ ਟੀਚਰ ਦੀਆਂ ਕੁਝ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਿਕਾ ਆਲਦੋ ਆਨਲਾਈਨ ਅਪਲਾਈ ਕਰਨ ਲਈ ਹਜੇ ਪੋਰਟਲ ਨਹੀਂ ਓਪਨ ਕੀਤਾ ਗਿਆ ਬਟ ਫਿਰ ਵੀ ਜੇਕਰ ਆਪਾਂ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਵੇਖਦੇ ਹਾਂ ਤੇ ਉੱਥੇ ਸੀਟੈਡ ਦਾ ਜਿਹੜਾ ਪੇਪਰ 1 ਹੈਗਾ ਜੀ ਉਹ ਪਾਸ ਮੰਗਿਆ ਗਿਆ ਹੈ ਐਂਡ ਕੁਝ ਸਾਥੀਆਂ ਕੋਲ ਸੀਟੈਡ ਦਾ ਜਿਹੜਾ ਪੇਪਰ 1 ਦਾ ਸਰਟੀਫਿਕੇਟ ਹੈ ਉਹ ਅਵੇਲੇਬਲ ਨਹੀਂ ਹੈ ਸਪੈਸ਼ਲੀ ਬੀਐਡ ਵਾਲੇ ਸਾਥੀਆਂ ਕੋਲ ਕਿਉਂਕਿ ਬੀਏਡ ਵਾਲੇ ਸਾਥੀਆਂ ਨੂੰ ਪੇਪਰ 1 ਦੀ ਲੋੜ ਤਾਂ ਪੈਂਦੀ ਨਹੀਂ ਬਟ ਇਹਨਾਂ ਪ੍ਰਾਇਮਰੀ ਟੀਚਰ ਦੀਆਂ ਵੈਕੈਂਸੀਜ਼ ਦੇ ਵਿੱਚ ਬੀਏਡ ਵਾਲਿਆਂ ਨੂੰ ਐਲੀਜੀਬਲ ਕੀਤਾ ਸੋ ਉਹਨਾਂ ਨੂੰ ਪੇਪਰ 1 ਦੀ ਲੋੜ ਹੈਗੀ ਆ ਐਂਡ ਕੁਝ ਡੀਐਲਐਡ ਜਾਂ ਫਿਰ ਈਟੀਟੀ ਵਾਲੇ ਸਟੂਡੈਂਟ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਸੀਟੈਡ ਪੇਪਰ 1 ਦੇ ਸਰਟੀਫਿਕੇਟ ਦੀ ਲੋੜ ਹੈਗੀ ਆ ਐਂਡ ਉਹਨਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੋਈ ਹੈ ਪਹਿਲਾਂ ਵਾਲੇ ਟਾਈਮ ਦੇ ਵਿੱਚ ਸੋ ਉਹ ਸਾਰੇ ਸਟੂਡੈਂਟ ਆਪਣੇ ਸਰਟੀਫਿਕੇਟ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਨੇ ਡਿਜੀ ਲੋਕਰ ਦੇ ਵਿੱਚੋਂ ਇਹਦੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤੁਸੀ ਜਾਣਾ ਹੈ Google ਤੇ Google ਤੇ ਸਰਚ ਕਰੋ ਡਿਜੀ ਲੋਕਰ ਜੇਕਰ ਤੁਹਾਡੀ ਆਈਡੀ ਪਹਿਲਾਂ ਬਣੀ ਹੋਈ ਹੈ ਤਾਂ ਤੁਸੀਂ ਸਿੱਧਾ ਲੌਗਇਨ ਕਰਨਾ ਹੈ ਜੇਕਰ ਆਈਡੀ ਤੁਹਾਡੀ ਨਹੀਂ ਬਣੀ ਹੋਈ ਤੁਸੀਂ ਜਾ ਸਕਦੇ ਹੋ ਜੀ ਡਿਜੀ ਲੋਕਰ ਦੇ ਵਿੱਚ ਇੱਥੇ ਤੁਸੀਂ ਸਾਈਨ ਅਪ ਕਰਨਾ ਹੈ ਇੱਥੇ ਤੁਸੀਂ ਜਦੋਂ ਗੂਗਲ ਕਰੋਗੇ ਨਾ ਗੂਗਲ ਦੇ ਵਿੱਚ ਹੀ ਇੱਥੇ ਆਪਸ਼ਨ ਆ ਜਾਏਗੀ ਸਾਈਨ ਇਨ ਕਰਨਾ ਹੈ ਜਾਂ ਫਿਰ ਸਾਈਨ ਅਪ ਕਰਨਾ ਹੈ ਸਾਈਨ ਅਪ ਦੇ ਨਾਲ ਤੁਸੀਂ ਨਵਾਂ ਅਕਾਊਂਟ ਕ੍ਰੀਏਟ ਕਰੋਗੇ ਸਾਈਨ ਇਨ ਨਾਲ ਤੁਸੀਂ ਐਗਜ਼ਿਸਟਿੰਗ ਅਕਾਊਂਟ ਦੇ ਵਰਤੋਂ ਕਰਕੇ ਲੌਗਇਨ ਕਰੋਗੇ ਸੋ ਜਿਵੇਂ ਕਿ ਤੁਹਾਨੂੰ ਮੈਂ ਵਿਖਾ ਰਿਆਂ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਤੁਸੀਂ ਕਰੋਗੇ ਸਾਈਨ ਅਪ ਇੱਥੇ ਤੁਸੀਂ ਆਪ ਦੀ ਇਨਫੋਰਮੇਸ਼ਨ ਫਿਲ ਕਰਨੀ ਹੈ ਮੋਬਾਈਲ ਨੰਬਰ ਫਿਲ ਕਰਨਾ ਹੈ ਆਧਾਰ ਨੰਬਰ ਫਿਲ ਕਰਨਾ ਹੈ ਐਂਡ ਇੱਥੇ ਤੁਹਾਡਾ ਨਵਾਂ ਅਕਾਊਂਟ ਕ੍ਰੀਏਟ ਹੋ ਜਾਏਗਾ ਨਵਾਂ ਅਕਾਊਂਟ ਬਣਾਉਣ ਤੋਂ ਬਾਅਦ ਮੰਨ ਲੈਨੇ ਆ ਤੁਸੀਂ ਲੌਗਇਨ ਕਰ ਲਿਆ ਲੌਗਇਨ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਇੱਥੇ ਜਾਣਾ ਹੈ ਸਰਚ ਡਾਕੂਮੈਂਟਸ ਦੇ ਵਿੱਚ ਜਦੋਂ ਤੁਸੀਂ ਸਰਚ ਡਾਕੂਮੈਂਟਸ ਦੇ ਵਿੱਚ ਜਾਓਗੇ ਇੱਥੇ ਆ ਜਾਏਗਾ ਜੀ ਸਰਚ ਡਾਕੂਮੈਂਟਸ ਇੱਥੇ ਤੁਸੀਂ ਸੀਟੈਟ ਫਾਈਂਡ ਕਰਨਾ ਹੈ ਜਦੋਂ ਤੁਸੀਂ सीटेट ਸਰਚ ਕਰੋਗੇ ਇੱਥੇ ਤੁਹਾਨੂੰ ਦੋ ਲਿੰਕ ਵਿਖਣ ਨੂੰ ਮਿਲਣਗੇ ਪਹਿਲੇ ਤੇ ਲਿਖਿਆ ਹੈ ਟੀਚਰ ਐਲੀਜੀਬਿਲਟੀ ਟੈਸਟ ਸਰਟੀਫਿਕੇਟ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਨਾਮ ਇੱਥੇ ਪਹਿਲਾਂ ਹੀ ਆ ਜਾਏਗਾ ਕਿਉਂਕਿ ਇਹ ਜਿਹੜੀ ਡਿਜੀ ਲੋਕਰ ਤੇ ਆਈਡੀ ਚੱਲ ਰਹੀ ਹੈ ਇਹ ਤੁਹਾਡੇ ਨਾਮ ਤੇ ਹੀ ਚੱਲ ਰਹੀ ਹੈ ਸੋ ਇੱਥੇ ਤੁਸੀਂ ਆਪਦਾ ਨਾਮ ਤਾਂ ਤੁਹਾਡਾ ਪਹਿਲਾਂ ਹੀ ਫਿੱਲ ਹੀ ਹੋਣਾ ਹੈ ਇਸ ਤੋਂ ਬਾਅਦ ਤੁਸੀਂ ਆਪਦਾ ਰੋਲ ਨੰਬਰ ਫਿੱਲ ਕਰਨ ਤੋਂ ਬਾਅਦ ਇੱਥੇ ਤੁਸੀਂ ਮੰਤਵੀ ਸਿਲੈਕਟ ਕਰ ਲਿਓ ਕਿ ਕਿਹੜੇ ਮੰਥ ਵਿੱਚ ਤੁਹਾਡਾ ਪੀਪਰ ਕੰਡਕਟ ਕਰਵਾਇਆ ਗਿਆ ਸੀਗਾ ਇਸ ਤੋਂ ਬਾਅਦ ਤੁਸੀਂ ਇੱਥੇ ਟਿਕ ਕਰਨ ਤੋਂ ਬਾਅਦ ਗੈਟ ਡਾਕੂਮੈਂਟ ਤੇ ਜਦੋਂ ਕਲਿੱਕ ਕਰੋਗੇ ਤੁਹਾਡਾ ਸਰਟੀਫਿਕੇਟ ਡਾਊਨਲੋਡ ਹੋ ਜਾਏਗਾ ਐਂਡ ਜਦੋਂ ਵੀ ਤੁਸੀਂ ਆਨਲਾਈਨ ਅਪਲਾਈ ਕਰੋਗੇ ਉੱਥੇ ਪਹਿਲੀ ਗੱਲ ਰੋਲ ਨੰਬਰ ਦੀ ਲੋਡ ਪਵੇਗੀ ਐਂਡ ਇਨ ਫਿਊਚਰ ਜਦੋਂ ਤੁਸੀਂ ਸਕਰੂਟੀ ਤੇ ਜਾਣੇ ਹੋ ਤੇ ਇਹੀ ਸਰਟੀਫਿਕੇਟ ਪ੍ਰਿੰਟ ਆਊਟ ਕਢਵਾ ਕੇ ਉੱਥੇ ਲੈ ਜਿਓ ਐਂਡ ਇਹ ਸਰਟੀਫਿਕੇਟ ਵੈਲਿਡ ਵੀ ਮੰਨਿਆ ਜਾਏਗਾ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਇਹ ਵੀਡੀਓ ਮੈਂ ਇਨਫੋਰਮੇਸ਼ਨ ਪਰਪਸ ਲਈ ਬਣਾਈ ਸੀ ਹੋਪਸੋ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਊਗੀ ਸੋ ਇਸਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all